ਦੋ ਮਿੰਟ
ਆਪਾਂ ਸਾਰਿਆਂ ਨੇ ਉਹਨਾਂ ਨੂੰ ਜੀਆਂ ਆਖਣਾ ਹੈ। ਔਰ ਸਤਿਕਾਰ ਕਹਿਣਾ ਕਿਨਾਰੇ ਰਾਹੀਂ, ਵਕਤਾਂ ਦਾ ਸਤਿਕਾਰ ਕਿਨਾਰੇ ਰਾਹੀਂ। ਕਈ ਵਾਰ ਕਿ ਦਿਓਗੇ ਸ਼ਾਂਤ ਦੱਸਦਾ, ਬੋਲਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਸ਼ਾਂਤ ਬਣ ਜਾਂਦਾ। ਮਨ ਮਿਲ ਠੀਕ ਕਰਦੀਆਂ ਨੂੰ ਬੇਨਤੀ ਕਰਾਂਗਾ ਆਪ ਸਭ ਦੇ ਚਰਨ ਜਗਾਰੇ ਰਾਹੀਂ ਆਪ ਸਭ ਦਾ ਪ੍ਰਵਾਨਗੀ ਬਖਸ਼ਿਸ਼ ਕਰੋ। ਬੋਲੇ ਸੋਨਿਆ ਬਹੁੜ ਜਨਮ ਆਓ ਐਸੇ ਸਤਿਗੁਰੂ ਜੀ ਦੀ ਕੁਝ ਵਿਚਾਰਧਾਰਾ ਸਾਂਝੀ ਕਰਨ ਤੋਂ ਪਹਿਲਾਂ ਮਿਲ ਕੇ ਸਾਰੇ ਸਾਰ ਪਾਏ ਚੁੱਪ ਕਰਕੇ ਨਾ ਬੈਠੇ। ਹਾਂ ਬਾਕੀ ਸਮਾਂ ਬੋਲਣਾ ਨਹੀਂ ਪਰ ਫਤਿਹ ਬੋਲਣ ਲੱਗਿਆ ਚੁੱਪ ਕਰਨਾ ਨਹੀਂ ਆਪਣਾ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪੁਰਾਣਾ ਵਿੱਚ ਬਹੁਤ ਕੁਝ ਵਸਿਆ ਕਿਉਂਕਿ ਅਣ ਘੜਿਆ ਜੀਵਨ ਸੀ। ਭਾਈ ਸਾਹਿਬ ਜੀ ਹੁਣੇ ਹੁਣੇ ਸੁਣਾ ਕੇ ਗਏ ਇੱਥੇ ਘੜਿਆ ਸੁਰਤ ਮਤ ਮਨ ਬੁੱਧ ਇੱਥੇ ਹੁਣ ਜੀਵਨ ਘੜਨ ਦੇ ਲਈ ਆਇਆ। ਕਹਿੰਦੇ ਨੇ ਕਿੱਲਾ ਘੜਦਾ ਸੀ ਭਾਈ ਲਾਲੋ ਨੇ ਤੇ ਸਿੱਖਿਆ ਹੈ ਇਸੇ ਵੀ ਕਿੱਲਾ ਘੜਨ ਦਾ ਕਿਉਂ ਉਸਤਾਦ ਨੂੰ ਸਿੱਖਣਾ ਪੈਂਦਾ ਨਾ ਕਿ ਕਿੱਲਾ ਕਿਵੇਂ ਘੜੀ। ਉਸਤਾਦ ਨੇ ਐਡੀ ਕੁ ਲੱਕੜ ਕੱਟੀ ਅਤੇ ਭਾਈ ਲਾਲੋ ਦੇ ਹੱਥ ਫੜਾਏ